ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਲਾਵਾਂ ਫੇਰੇ ਮੈਰਿਜ ਬਿਊਰੋ ਬਾਈ ਮੁਸਕਾਨ ਐਂਡ ਬਲਜੀਤ, ਜੋ ਕਿ ਬਾਬਾ ਦੀਪ ਸਿੰਘ ਚੌਂਕ ਓਪੋਜ਼ਿਟ ਮਾਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਲੁਧਿਆਣਾ ਵਿਖੇ ਸਥਿਤ ਹੈ। ਲਾਵਾਂ ਫੇਰੇ ਪੰਜਾਬ ਹੀ ਨਹੀਂ ਬਲਕਿ ਫੋਰਨ ਵਿੱਚ ਵੀ ਆਪਣਾ ਨਾਮ ਕਰ ਚੁੱਕਾ ਹੈ। ਮੁਸਕਾਨ ਅਤੇ ਬਲਜੀਤ ਜੀ ਬਹੁਤ ਹੀ ਲੰਬੇ ਸਮੇਂ ਤੋਂ ਆਪਣੇ ਸੇਵਾਵਾਂ ਦੇ ਰਹੇ ਨੇ। ਇਹਨਾਂ ਵੱਲੋਂ ਕਰਵਾਏ ਰਿਸ਼ਤੇ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੇ ਨੇ, ਤੋ ਜੇਕਰ ਤੁਸੀਂ ਵੀ ਆਪਣੇ ਬੇਟੇ ਜਾਂ ਬੇਟੀ ਲਈ ਰਿਸ਼ਤਾ ਦੇਖ ਰਹੇ ਹੋ ਤਾਂ ਲਾਵਾਂ ਫੇਰੇ ਨਾਲ ਜ਼ਰੂਰ ਸੰਪਰਕ ਕਰੋ। ਸਾਈ ਟੀਮ ਨੇ ਮੁਸਕਾਨ ਅਤੇ ਬਲਜੀਤ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਲਾਵਾਂ ਫੇਰੇ ਮੈਰਿਜ ਬਿਊਰੋ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਲਾਵਾਂ ਫੇਰੇ ਮੈਰਿਜ ਬਿਊਰੋ ਲੁਧਿਆਣਾ ਵਿਖੇ। 2023 ਚੜ੍ਹਨ ਵਾਲਾ ਔਰ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜ਼ਿੰਦਗੀ ਦਿੱਤੀ ਹੈ ਰਿਸ਼ਤੇ ਕਰਾ ਕੇ, ਕੀ ਕਹਿਣਾ ਚਾਹੋਗੇ ਕਿ ਨਵਾਂ ਸਾਲ ਵੀ ਜਿਸ ਤਰੀਕੇ ਨਾਲ ਤੁਸੀਂ ਪਹਿਲੇ ਸਾਲਾਂ 'ਚ ਸੇਵਾਵਾਂ ਕੀਤੀਆਂ, ਨਵਾਂ ਸਾਲ ਆ ਜਿਹੜਾ ਉਹਦੇ 'ਚ ਕੀ ਕਹਿਣਾ ਚਾਹੋਗੇ? ਪਹਿਲੇ ਤਾਂ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਕਰੇ ਆਉਣ ਵਾਲਾ ਸਾਰਾ ਸਮਾਂ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ, ਅਤੇ ਸਭ ਨੂੰ ਇਹ ਆਉਣ ਵਾਲੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਅਤੇ ਅਸੀਂ ਆਪਣੇ ਵੱਲੋਂ ਪਹਿਲੇ ਵੀ ਬਹੁਤ ਮਿਹਨਤ ਨਾਲ ਅਤੇ ਅੱਛੇ ਕੰਮ ਕਰਕੇ ਹੀ ਤਾਂ ਅਸੀਂ ਸਾਰਾ ਆਪਣਾ ਨਾਮ ਸ਼ੋਹਰਤ ਲਿਆ ਹੈ। ਹੁਣ ਵੀ ਪਰਮਾਤਮਾ ਕਰੇਗਾ ਅਸੀਂ ਆਪਣੇ ਵੱਲੋਂ ਅੱਛੇ ਹੀ ਕੰਮ ਕਰਾਂਗੇ, ਅਤੇ ਆਉਣ ਵਾਲਾ ਟਾਈਮ ਸਾਡੇ ਲਈ ਵੀ ਬਹੁਤ ਅੱਛਾ ਹੋਏਗਾ। ਐਨਆਰਆਈ ਵੀਰਾਂ ਦੇ ਲਈ ਤੁਸੀਂ ਬੜਾ ਵਰਦਾਨ ਮੰਨੇ ਜਾਂਦੇ ਹੋ, ਕੀ ਕਹਿਣਾ ਚਾਹੋਗੇ ਕਿ ਬਾਹਰਲੇ ਰਿਸ਼ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰਾ ਰਹੇ ਹੋ? ਜਿਹੜੇ ਬਾਹਰਲੇ ਰਿਸ਼ਤੇ ਹੁੰਦੇ ਨੇ ਉਹਨਾਂ ਦੀ ਤਾਂ ਕੋਈ ਗਰੰਟੀ ਲੈਂਦਾ ਨਹੀਂ, ਅਤੇ ਸਾਡੇ ਕੋਲ ਤਕਰੀਬਨ ਉਹ ਕੇਸ ਆਉਂਦੇ ਨੇ ਜਿਨ੍ਹਾਂ ਦੀ ਫੈਮਿਲੀਜ਼ ਇੱਥੇ ਲੋਕਲ ਹੁੰਦੇ ਹਨ, ਅਤੇ ਸਾਡੇ ਨੌਨ ਦੀਆਂ ਪਾਰਟੀਆਂ ਹੁੰਦੀਆਂ ਨੇ, ਅਤੇ ਅਸੀਂ ਤਕਰੀਬਨ ਉਹਨਾਂ ਬੱਚੇ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਅਸੀਂ ਸਭ ਨੂੰ ਦੱਸਦੇ ਹਾਂ, ਤਾਂ ਕਿ ਕੱਲ੍ਹ ਨੂੰ ਕੋਈ ਇਹਦੇ 'ਚ ਪ੍ਰੋਬਲਮ ਨਾ ਆਏ। ਇਸ ਲਈ ਸਾਡਾ ਇਹ ਸਕਸੈਸ ਹੋਣ ਦਾ ਹੀ ਮੇਨ ਕਾਰਨ ਹੈ। ਸੇਵਾ ਕਰ ਰਹੇ ਹੋ, 4 ਜਾਣੇ ਲੱਗੇ ਹੋਏ ਹੋ, ਔਰ ਟੈਕਨੀਕਲ ਦੀ ਗੱਲ ਕਰ ਲਈਏ, ਅੰਡਰਸਟੈਂਡਿੰਗ ਦੀ ਗੱਲ ਕਰ ਲਈਏ, ਤਾਂ ਬਹੁਤ ਮਿਹਨਤ ਦੇ ਨਾਲ ਤੁਸੀਂ ਇਹ ਕੰਮ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਸਕਸੈਸਫੁਲ ਵੀ ਹੋ, ਔਰ ਅੱਜ ਵਧੀਆ ਰਿਜ਼ਲਟ ਆ ਰਹੇ ਨੇ, ਔਰ ਸਾਰੇ ਵਰਲਡ ਦੇ ਵਿੱਚ ਲਾਵਾਂ ਫੇਰੇ ਦਾ ਨਾਮ ਹੋ ਰਿਹਾ, ਕਿਉਂਕਿ ਲੋਕ ਜਿਹੜੇ ਬਾਹਰ ਚਲੇ ਜਾਂਦੇ ਆ ਜਦੋਂ ਗੱਲ ਕਰਦੇ ਆ। ਦੋਨੇ ਪਾਰਟੀਆਂ ਜਿਹੜੀਆਂ ਹੈਗੀਆਂ ਅੱਜ ਹਮੇਸ਼ਾ ਤੁਹਾਡੇ ਨਾਲ ਗਾਂ ਦੀ ਗਾਂ ਸੈਕਿੰਡ ਪੀੜ੍ਹੀ ਤੱਕ ਵੀ ਅਟੈਚ ਹੋਣ ਵਾਲੀ ਗੱਲ ਹੋ ਗਈ। ਦੇਖੋ ਜੀ, ਪਹਿਲੇ ਤਾਂ ਮੈਂ ਸਾਰੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ, ਔਰ ਇਹੀ ਅਰਦਾਸ ਕਰਦਾ ਸਾਰਿਆਂ ਲਈ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ, ਭਾਗਾਂ ਭਰਿਆ ਆਵੇ, ਸੁੱਖ ਸਮਰਿੱਧੀ ਲੈ ਕੇ ਆਵੇ। ਦੂਜੀ ਗੱਲ ਰਹੀ ਰਿਸ਼ਤਿਆਂ ਦੀ, ਇਹ ਸੇਵਾ ਸਾਡੇ ਮਾਂ ਪਿਤਾ ਹੀ ਨਿਭਾ ਰਹੇ ਸੀਗੇ, ਅੱਗੇ ਅਸੀਂ ਨਾਲ ਬੱਚੇ ਜੁੜੇ ਹਾਂ, ਅਤੇ ਇਸ ਨੂੰ ਹੋਰ ਅਸੀਂ ਮਿਹਨਤ ਨਾਲ ਅੱਗੇ ਲੈ ਕੇ ਚੱਲ ਰਹੇ ਹਾਂ। ਅਸੀਂ ਹਰ ਵਰਗ ਅਤੇ ਹਰ ਧਰਮ ਦੇ ਰਿਸ਼ਤੇ ਕਰਾਉਂਦੇ ਹਾਂ। NRI ਵੀਰ ਵਗੈਰਾ ਜਿਵੇਂ ਜਾਂ ਕੋਈ ਵੀ ਪ੍ਰੋਫਾਈਲ ਸਾਡੇ ਕੋਲ ਆਉਂਦੀ ਹੈ, ਅਸੀਂ ਪੂਰਾ ਫੋਰਮ ਭਰਾਉਂਦੇ ਹਾਂ, ਪੂਰੀ ਡਿਟੇਲ ਲੈਂਦੇ ਹਾਂ, ਪੂਰਾ ਉਹਨਾਂ ਦਾ ਬੈਕਗਰਾਊਂਡ ਸਾਰਾ ਡਿਟੇਲ ਵੈਰੀਫਾਈ ਕਰਕੇ ਹੀ ਪ੍ਰੋਸੈਸ ਵਰਕਆਊਟ ਕਰਦੇ ਹਾਂ, ਜਿਹਦੇ ਨਾਲ ਕਾਫੀ ਹੱਦ ਤੱਕ ਸਾਨੂੰ ਅਗਰ ਤਸੱਲੀ ਹੁੰਦੀ ਹੈ ਤਾਂ ਹੀ ਅਸੀਂ ਉਸ ਦੇ ਉੱਤੇ ਵਰਕਆਊਟ ਕਰਦੇ ਹਾਂ। ਨਹੀਂ ਤਾਂ ਜੇ ਕਿਤੇ ਸਾਨੂੰ ਕੋਈ ਡਾਊਟ ਪਵੇ, ਕੋਈ ਸਾਨੂੰ ਨਹੀਂ ਸੈਟਿਸਫੈਕਸ਼ਨ ਹੋਵੇ, ਅਸੀਂ ਉਸ ਕੇਸ ਨੂੰ ਵੀ ਨਹੀਂ ਪਕੜਦੇ ਅਤੇ ਉਹਦੇ 'ਤੇ ਵਰਕਆਊਟ ਨਹੀਂ ਕਰਦੇ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਤੁਸੀਂ ਵਿਆਹਾਂ 'ਚ ਵਿਆਹ ਕੱਢ ਲੈਂਦੇ ਹਾਂ, ਜਦੋਂ ਇੱਕ ਰਿਸ਼ਤਾ ਹੁੰਦਾ ਉਹਦੇ 'ਚ 4-5 ਜਾਣੇ ਹੋਰ ਨਾਲ ਜੁੜ ਜਾਂਦੇ ਆ, ਇੱਦਾਂ ਇੱਦਾਂ ਕਰਕੇ ਚੇਨ ਬਣ ਗਈ ਔਰ ਅੱਜ ਇੱਕ ਪਰਿਵਾਰ ਬਣ ਗਿਆ ਲਾਵਾਂ ਫੇਰਾਂ ਦਾ। ਥੈਂਕ ਯੂ ਜੀ ਉਹਦੇ ਲਈ ਤੁਹਾਡਾ। ਅਸੀਂ ਜਦੋਂ ਕਿਸੇ ਮੈਰਿਜ 'ਤੇ ਜਾਂਦੇ ਹਾਂ ਔਰ ਲੋਕ ਆ ਕੇ ਪੁੱਛਦੇ ਪਰਿਵਾਰ ਨੂੰ ਵੀ ਤੁਹਾਡੀ ਜੋੜੀ ਕਿਹਨੇ ਮਿਲਾਈ ਹੈ, ਅਤੇ ਅਗਲੇ ਹੀ ਸਾਡਾ ਰੈਫਰੈਂਸ ਕਰ ਦਿੰਦੇ ਨੇ, ਕਿਉਂਕਿ ਉੱਥੇ ਲੋਕ ਦੇਖਦੇ ਨੇ ਵੀ ਦੋਨੋਂ ਪਰਿਵਾਰ ਬਹੁਤ ਵਧੀਆ ਤਰੀਕੇ ਨਾਲ ਖੁਸ਼ਹਾਲੀ ਨਾਲ ਉਸ ਸਮੇਂ ਨੂੰ ਇੰਜੋਏ ਕਰ ਰਹੇ ਨੇ, ਔਰ ਜੋੜੀ ਨੂੰ ਵੀ ਦੇਖਦੇ ਹਾਂ ਬਹੁਤ ਅੱਛੀ ਜੋੜੀ ਮਿਲਾਈ ਹੈ। ਇਹ ਵਾਹਿਗੁਰੂ ਦੀ ਕਿਰਪਾ ਹੈ ਸਾਡੇ ਉੱਤੇ, ਅਤੇ ਜਿਸ ਕਰਕੇ ਸਾਨੂੰ ਉੱਥੇ ਹੀ ਕਾਫੀ ਅੱਛੇ ਰੈਫਰੈਂਸਿਸ ਆ ਜਾਂਦੇ ਨੇ, ਅਤੇ ਅਸੀਂ ਅੱਗੋਂ ਉਹਨੂੰ ਵੀ ਕੋਸ਼ਿਸ਼ ਕਰਦੇ ਹਾਂ ਬਹੁਤ ਅੱਛਾ ਰਿਜ਼ਲਟ ਆਊਟਪੁੱਟ ਦਈਏ, ਅਤੇ ਵਾਹਿਗੁਰੂ ਦੀ ਬੜੀ ਕਿਰਪਾ ਹੁੰਦੀ ਹੈ।